ਬਦਮਾਸ਼ਾਂ ਦੇ ਵਿੱਚ ਮੁੱਠਭੇੜ ਹੋਈ। ਬੰਦੂਕ ਦੀ ਨੋਕ ਦੇ ਉੱਤੇ ਡਕੈਤੀ ਕਰਨ ਵਾਲੇ ਦੋਸ਼ੀਆਂ ਨੂੰ ਫੜਨ ਦੇ ਲਈ ਲੁਧਿਆਣਾ ਪੁਲਿਸ ਗਈ ਹੋਈ ਸੀ। ਇਸ ਦੌਰਾਨ ਪੁਲਿਸ ਦੇ ਉੱਤੇ ਫਾਇਰਿੰਗ ਕੀਤੀ ਗਈ। ਕ੍ਰੋਸ ਫਾਇਰਿੰਗ ਦੇ ਵਿੱਚ ਲੁਧਿਆਣਾ ਦੇ ਪਿੰਡ ਪੁੰਜੇਟਾ ਦੇ ਵਿੱਚ ਗੈਂਗਸਟਰ ਵਿੱਕੀ ਜ਼ਖਮੀ ਹੋ ਗਿਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਦੱਸਣਯੋਗ ਹੈ ਕਿ ਬੀਤੇ ਦਿਨੀ ਕੈਮਿਸਟ ਦੀ ਦੁਕਾਨ ਨੂੰ ਲੁਟੇਰਿਆਂ ਨੇ ਆਪਣਾ ਨਿਸ਼ਾਨਾ ਬਣਾਇਆ ਸੀ। ਇੱਥੇ ਲੁੱਟੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ। ਇਸ ਤੋਂ ਇਲਾਵਾ ਪੈਟਰੋਲ ਪੰਪ ਦੇ ਮਾਲਕ ਨੂੰ ਵੀ ਗੋਲੀ ਮਾਰੀ ਗਈ ਸੀ। ਜ਼ਿਕਰਯੋਗ ਹੈ ਕਿ ਇਸ ਮੁੱਠਭੇੜ ਦੇ ਵਿੱਚ ਗੈਂਗਸਟਰ ਸੁਖਦੇਵ, ਜੋ ਕਿ ਡਕੈਤੀਆਂ ਦੇ ਕਈ ਮਾਮਲਿਆਂ ਦੇ ਵਿੱਚ ਸ਼ਾਮਲ ਸੀ ਅਤੇ 22 ਤੋਂ ਵੱਧ ਮਾਮਲੇ ਉਸ ਦੇ ਉੱਤੇ ਦਰਜ ਸਨ, ਉਸ ਨੂੰ ਪੁਲਿਸ ਦੀ ਗੋਲੀ ਵੱਜੀ। ਇਸ ਦੌਰਾਨ ਉਹ ਜ਼ਖਮੀ ਹੋਇਆ, ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ। ਜ਼ਿਕਰਯੋਗ ਹੈ ਕਿ ਇਸ ਘਟਨਾ ਦੇ ਵਿੱਚ ਇੱਕ ਪੁਲਿਸ ਕਰਮਚਾਰੀ ਵੀ ਜ਼ਖਮੀ ਹੋਇਆ ਹੈ। ਬਿਊਰੋ ਰਿਪੋਰਟ, ਅੱਜ ਦੀ ਆਵਾਜ਼। ਮਾਨਯੋਗ ਸੀਐਮ ਸਾਹਿਬ ਵੱਲੋਂ ਇਹ ਸਖਤ ਹਿਦਾਇਤ ਹੈਗੀ ਕਿ ਪੰਜਾਬ 'ਚ ਜਿਹੜਾ ਗੈਂਗਸਟਰ ਬਾਂਡ ਹੈ ਉਹਨੂੰ ਖਤਮ ਕਰਨਾ ਹੈ। ਐਂਡ ਉਹਦੇ ਤਹਿਤ ਪੁਲਿਸ ਪਾਰਟੀ ਇਹ ਗੈਂਗ ਦੇ ਪਿੱਛੇ ਕਾਫੀ ਟਾਈਮ ਤੋਂ ਲੱਗੀ ਹੋਈ ਸੀਗੀ ਔਰ ਇਹਨਾਂ ਨੇ ਕਾਫੀ ਵਾਰਦਾਤ ਨੂੰ ਪਿੱਛੇ ਅੰਜਾਮ ਦਿੱਤਾ ਸੀਗਾ। ਕਾਫੀ ਬੰਦਿਆਂ ਨੂੰ ਗੋਲੀ ਮਾਰ ਕੇ ਇਹਨਾਂ ਨੇ ਲੁੱਟਿਆ ਸੀਗਾ। ਸਾਡੀ ਜਿਹੜੀ ਪੁਲਿਸ ਪਾਰਟੀ ਹੈਗੀ ਹੈ, ਡੀ ਸੀ ਪੀ ਆਰ, ਏ ਡੀ ਸੀ ਪੀ 4 ਐਂਡ ਸੀ ਆਈ ਏ ਬੇਅੰਤ ਸਿੰਘ, ਇਹਨਾਂ ਦੀ ਟੀਮ ਇਹਨਾਂ ਦੇ ਮਗਰ ਲੱਗੀ ਹੋਈ ਸੀਗੀ। ਐਂਡ ਤਿੰਨ ਬੰਦੇ ਅਸੀਂ ਆਲਰੇਡੀ ਅਰੈਸਟ ਕਰ ਚੁੱਕੇ ਹਾਂ। ਐਂਡ ਜਿਹੜਾ ਚੌਥਾ ਇਹ ਸੁਖ ਵਿੱਕੀ ਸੁਖਦੇਵ ਐਲੀਅਸ ਵਿੱਕੀ ਸੀਗਾ, ਇਹਨੂੰ ਵੀ ਪੁਲਿਸ ਪਾਰਟੀ ਚੇਂਜ ਕਰ ਰਹੀ ਸੀਗੀ। ਕਾਫੀ ਡੈਸਪਰੇਟਡ ਕ੍ਰਿਮੀਨਲ ਸੀਗਾ, ਜਦੋਂ ਇਹਨਾਂ ਨੂੰ ਅਰੈਸਟ ਕਰਨ ਦੀ ਕੋਸ਼ਿਸ਼ ਕੀਤੀ ਇਹਨਾਂ ਨੇ ਪੁਲਿਸ 'ਤੇ ਫਾਇਰ ਕੀਤਾ। ਐਂਡ ਸਾਡਾ ਇੱਕ ਐਸ ਆਈ ਦਲਜੀਤ ਸਿੰਘ ਆ ਉਹ ਜ਼ਖਮੀ ਹੋਇਆ। ਪੁਲਿਸ ਨੇ ਆਪਣੇ ਬਚਾਓ ਪਕਸ ਮੇ ਜਿਹੜਾ ਕਰੋਸ਼ ਫਾਇਰ ਕੀਆ, ਕਰੋਸ਼ ਫਾਇਰਿੰਗ ਦੇ ਦੌਰਾਨ ਉਹ ਮੌਕੇ 'ਤੇ ਨਿਊਟਰਲਾਈਜ਼ ਸਰ। ਇਸ ਤੋਂ ਪਹਿਲੇ ਕਿੰਨੇ ਮਾਮਲੇ ਦਰਜ ਹੈ? ਕਾਫੀ ਮਾਮਲੇ, ਜਿਹਦੇ 25 ਤੋਂ ਜ਼ਿਆਦਾ ਇਹਨਾਂ ਦੇ, 25 ਤੋਂ 28 ਇਹਨਾਂ ਦੇ ਉੱਪਰ ਐਫ ਆਈ ਆਰ। ਸਰ ਲੁਧਿਆਣਾ ਮੈਂ ਇਹਨਾਂ ਨੇ ਕੌਣ ਕੌਣ ਸੀ ਵਾਰਦਾਤ ਕੀ? ਇਹਨਾਂ ਨੇ ਅਭੀ ਰੀਸੈਂਟਲੀ ਵੀ ਪੰਜ ਵਾਰਦਾਤ ਕੀਤੀ ਹੈਗੀ, 307 ਦੀ ਐਫ ਆਈ ਆਰ ਹੋਈ ਹੈ। ਉਸ ਤੋਂ ਪਹਿਲਾਂ ਵੀ ਹੁਸ਼ਿਆਰਪੁਰ ਮੇ, ਖੰਨੇ ਮੇ ਵੀ ਇਹਨਾਂ ਦੇ ਕਾਫੀ ਐਫ ਆਈ ਆਰ। ਸਰ ਸੀ ਆਈ ਆਈ ਇੰਚਾਰਜ ਬੇਅੰਤ ਜੀ ਕੇ ਵੀ ਪਤਾ ਚੱਲਾ ਕਿ ਗੋਲੀ ਲੱਗੀ ਸੀ? ਉਹ ਫੋਰਚੂਨੇਟਲੀ ਮਤਲਬ ਉਹਨਾਂ ਨੇ ਬੁਲੇਟ ਪਰੂਫ ਜੈਕਟ ਪਹਿਨੀ ਹੋਈ ਸੀਗੀ, ਇੱਕ ਫਾਇਰ ਸਿੱਧਾ ਉਹਨਾਂ ਦੇ ਆ ਕੇ ਸਿੱਧਾ ਬੁਲੇਟ ਪਰੂਫ ਜੈਕਟ ਦੇ ਚੈਸਟ 'ਤੇ ਲੱਗਿਆ। ਮੱਛੀਵਾੜੇ ਦਾ ਰਹਿਣ ਵਾਲਾ। ਅੱਛਾ, ਇਹਦੇ ਟੋਟਲ ਕਿੰਨੀਆਂ ਗੋਲੀਆਂ ਲੱਗੀਆਂ? ਤਕਰੀਬਨ ਮਤਲਬ ਹਜੇ ਤੋਂ ਨਹੀਂ ਕਹਿ ਸਕਦੇ, ਉਹ ਤਾਂ ਫੋਰੈਂਸਿਕ ਦੇ ਪੋਸਟਮਾਰਟਮ ਹੋਏਗਾ, ਉਸ ਤੋਂ ਬਾਅਦ ਹੀ ਕਹਿ ਸਕਦੇ। ਤਕਰੀਬਨ 18 ਤੋਂ 20 ਦੋਨੋਂ ਤਰਫ ਤੋਂ ਫਾਇਰ ਹੋਏ ਸਰ। ਜੋ ਅਜੇ ਤੱਕ ਮੌਕੇ ਦੇ ਮੁਤਾਬਿਕ ਜੋ ਲੱਗਦਾ, ਇਹਦੇ ਕੋਲੇ ਕਿਹੜਾ ਵੈਪਨ ਸੀਗਾ ਸਰ? ਇਹਦੇ ਕੋਲੇ ਵੈਪਨ ਹੈ ਉਹ 32 ਬੋਰ ਦਾ ਹੈਗਾ, ਬਾਕੀ ਫੋਰੈਂਸਿਕ ਦੀ ਟੀਮ ਆਈ ਹੈ, ਉਹ ਜਾਂ ਉਸ ਤੋਂ ਬਾਅਦ ਹੀ ਸਾਰੀ ਡਿਟੇਲ ਦੱਸ ਪਾਉਂਗਾ ਸਰ। ਕੋਈ ਗ੍ਰਿਫਤਾਰੀ ਵੀ ਹੋਈ? ਹਾਂ, 3 ਗ੍ਰਿਫਤਾਰੀਆਂ ਹੋਈਆਂ ਜੀ ਉਹਨੇ ਦੀ। ਸਰ ਸਰ ਉਨਕੇ ਕੀ ਨਾਮ ਹੈ ਜੋ 3 ਗ੍ਰਿਫਤਾਰ? ਉਹ ਅਸੀਂ ਤਾਂ ਤੁਹਾਨੂੰ ਲੇਟਰ ਔਨ ਰਿਵੀਲ ਕਰਾਂਗੇ ਜੀ। ਉਹ ਕਿੰਨੇ ਰਾਊਂਡ ਫਾਇਰਿੰਗ ਹੋਈ ਹੈ? ਤਕਰੀਬਨ ਦੋਨੋਂ ਸਾਈਡ 'ਤੇ ਮੈਂ ਦੱਸਿਆ ਕਿ ਜੋ ਮੌਕੇ ਦੇ ਮੁਤਾਬਿਕ ਹੈ 18 ਤੋਂ 20 ਰਾਊਂਡ ਫਾਇਰ ਹੋਏ। ਠੀਕ ਹੈ, ਥੈਂਕ ਯੂ।